ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਿਉਣਾ ਮੇਰਾ ਨਾਮ ਹਿੰਮਤ ਤੇ ਮੈਂ ਹਾਂ ਦਾ ਹੈਪੀਐਸਟ ਕਪਲ ਦਾ ਜਿਉਣਾ ਤੇ ਜਿਉਣੇ ਦੀ ਸਾਲੀ ਤੇ ਅਸੀਂ ਅੱਜ ਚੱਲੇ ਹਾਂ ਤਿਆਰ ਹੋ ਕੇ ਪਤਾ ਨਹੀਂ ਕਿਹੜੀ ਥਾਂ ਤੇ ਨਾਲ ਮੇਰੀ ਘਰ ਇਹ ਮੇਰੇ ਘਰ ਵਾਲੀ ਠੀਕ ਹੈ ਤੇ ਅਸੀਂ ਚੱਲੇ ਹਾਂ ਹੁਣ ਇੱਕ ਬਹੁਤ ਸੋਹਣੀ ਲੋਕੇਸ਼ਨ ਤੇ ਜਿਹੜੀ ਤਕਰੀਬਨ ਇਹ ਤੋਂ ਡੇਢ ਘੰਟਾ ਦੂਰ ਹੈ ਬੋਲਿਆ ਕਿ ਮੈਂ ਘਰੇ ਰਹੂੰਗੀ ਅਨਾਇਆ ਨੂੰ ਸਾਂਭਾਂਗੀ ਤੁਸੀਂ ਚਲੇ ਜਾਓ ਸਾਰੇ ਬਿਕੋਜ਼ ਮਾਸੀ ਨੇ ਵੀ ਘਰੇ ਨੇ ਧਿਆਨ ਮੇਰਾ ਉਹਨਾਂ 'ਚ ਆ ਆਹੋ ਜ਼ਰੂਰੀ ਇਹ ਹੋ ਜਾਂਦਾ ਕਿਉਂਕਿ ਕਾਰ ਦੇ ਵਿੱਚ ਇੰਨੇ ਜਣੇ ਅਲਾਊਡ ਨਹੀਂ ਗੇ ਇੱਥੇ ਆਪਾਂ ਆਪਣੇ ਸ਼ਹਿਰ ਦੇ ਵਿੱਚ ਉਹਨੇ ਤਾਂ ਤੁੰਨ ਤੁੰਨ ਕੇ ਆਪਾਂ ਪੂਰੇ ਕਰ ਲੈਂਦੇ ਉਹਨਾਂ ਕੋਈ ਦਿੱਕਤ ਨਹੀਂ ਆਉਂਦੀ ਹੁੰਦੀ ਕਿਉਂਕਿ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਬਟ ਇੱਥੋਂ ਦੇ ਰੂਲ ਥੋੜ੍ਹੇ ਸਖਤ ਨੇ ਉਹ ਕਹਿੰਦੇ ਨੇ ਜੇ ਬੱਚੇ ਨੂੰ ਵੀ ਪੂਰਾ ਇੱਕ ਪੈਸੰਜਰ ਕਾਊਂਟ ਕਰਦੇ ਨੇ ਪਿੱਛੇ 3 ਅਤੇ ਅੱਗੇ 2 ਇਸ ਹਿਸਾਬ ਨਾਲ ਅਸੀਂ ਹੈਗੇ ਟੋਟਲ 7 ਜਣੇ ਸੋ ਅੰਮੂ ਅਤੇ ਅਨਾਇਆ ਘਰੇ ਨੇ ਅਸੀਂ ਅੱਜ ਘੁੰਮ ਫਿਰ ਕੇ ਆਉਂਦੇ ਹਾਂ ਉਹ ਨਾ ਮਾਮਾ ਕਿਉਂ ਖੜਕਾਈ ਜਾਂਦਾ ਇੰਨਾ ਲਓ ਜੀ ਆਪਾਂ ਚੱਲਿਆ ਜੀ ਇੱਕ ਬਹੁਤ ਸੋਹਣੀ ਲੋਕੇਸ਼ਨ 'ਤੇ ਅਤੇ ਰਸਤੇ ਦੇ ਵਿੱਚ ਵਿਊ ਦੇਖੋ ਕਿੰਨਾ ਪਿਆਰਾ ਬਹੁਤ ਸੋਹਣੀ ਲੋਕੇਸ਼ਨ ਆ ਰਹੀ ਹੈ ਬਹੁਤ ਸੋਹਣੇ ਸੋਹਣੇ ਪਹਾੜ ਆਏ ਨੇ ਹਰੇ ਪਹਾੜ ਵੈਲਕਮ ਟੂ ਮਾਈ ਚੈਨਲ ਗਾਈਸ ਹਾਏ ਕੇਰ ਇਹ ਆ ਜੀ ਹੈਪੀਐਸਟ ਕਪਲ ਜੋ ਕਿ ਥੋੜ੍ਹਾ ਜਿਹਾ ਮੈਨੂੰ ਦੁਖੀ ਲੱਗ ਰਿਹਾ ਹੈ ਆਈ ਐਮ ਡਰਾਈਵਰ ਸਾਹਿਬ ਹਾਂਜੀ ਮੈਂ ਲਾ ਲਈਆਂ 6,000 ਡਾਲਰ ਲਾ ਲਈਆਂ ਐਨਕਾਂ ਹੁਣ ਅਸੀਂ ਜਾ ਰਹੇ ਹਾਂ ਕਿੱਥੇ ਜਾ ਰਹੇ ਡੀਸੀ ਹਮ ਜਾ ਰਹੇ ਹਾਂ ਵੈਲੈਂਸੀਆ ਕੇ ਸਾਊਥ ਵਾਲੇ ਪਾਰਟ ਮੇ ਸਾਊਥ ਵਾਲੇ ਪਾਰਟ ਮੇ ਜਾ ਰਹੇ ਹਾਂ ਵੈਲੈਂਸੀਆ ਕੇ ਸਮੁੰਦਰ ਕੇ ਕਿਨਾਰੇ ਪਰ ਸਮੁੰਦਰ ਕੇ ਕਿਨਾਰੇ ਪਰ ਚੀਟੇ ਵਾਲੇ ਪਾਣੀ ਮੇ ਚੀਟੇ ਵਾਲੇ ਪਾਣੀ ਮੇ ਚੀਟੇ ਪਾਣੀ ਮੇ ਚੀਟੇ ਪਾਣੀ ਮੇ ਜਾ ਰਹੇ ਥੋੜਾ ਸਾ ਲੀਲਾ ਹੋਗਾ ਜਾਂ ਚੀਟਾ ਹੋਗਾ ਤੇ ਅੱਜ ਵਲੋਗ ਨੂੰ ਮੈਂ ਕੰਟੀਨਿਊ ਕਰੂੰਗਾ ਹਾਂ ਆ ਜਿਹੜੇ ਕਮੈਂਟਾਂ 'ਚ ਲੱਕੀ ਲੱਕੀ ਕੀਤਾ ਪਿਆ ਨਾ ਤੁਸੀਂ ਓਏ ਹੋਏ 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 ਮੈਨੂੰ ਗਾਣਾ ਲਿਖਣਾ ਪੈਣਾ ਹੁਣ ਪਤਾ ਨਹੀਂ ਵੀ ਲੱਕੀ ਹੋਏ ਨਾ ਨਾ ਉਹ ਸਿੱਧੂ ਨੇ ਨਹੀਂ ਗਾਇਆ ਵੀ ਤਾਂ ਕਮੈਂਟਾਂ ਵਿੱਚ ਮੈਂ ਵੱਜਦਾ ਹੁਣ ਮੈਂ ਲਿਖਣਾ ਪੈਣਾ ਵੀ ਹੈਪੀਐਸਟ ਕਪਲ ਦੇ ਕਮੈਂਟਾਂ ਵਿੱਚ ਲੱਕੀ ਲੱਕੀ ਹੋਈ ਪਈ ਹੈ ਫੀਟ ਲੱਕੀ ਜਿਵੇਂ ਦੇ ਗਾਣੇ 'ਚ ਲਿਖੇ ਨਹੀਂ ਹੁੰਦਾ ਤੇ ਇਦਾਂ ਹੀ ਪਿਆਰ ਬਣਾਈ ਰੱਖੋ ਤੇ ਮੈਂ ਫਿਰ ਲੱਕੀ ਲੱਕੀ ਦੇ ਵਲੌਗ ਇਹਨੂੰ ਮੈਂ ਕਹਿਣਾ ਬੜੇ ਚਿਰ ਤੋਂ ਵਲੌਗ ਸ਼ੁਰੂ ਕਰ ਲਿਆ ਚੈਨਲ ਇਹਦੇ ਹੈਗਾ ਪਰ ਬਣਾਉਂਦਾ ਨਹੀਂ ਆਹ ਚੈਨਲ ਵੀ ਆ ਗਿਆ ਨਾ ਸ਼ੁਰੂ ਵੀ ਕੀਤੇ ਸੀ ਪਰ ਮੁੜ ਕੇ ਫਿਰ ਬੰਦ ਕਰਤੇ ਨੇ ਮੈਂ ਮੁੰਡੀ ਸ਼ਰਮਾ ਗਈ ਸੀ ਉਹ ਥੋੜਾ ਜਿਹਾ ਮੈਂ ਨਾ ਮੇਰਾ ਕੰਟੈਂਟ ਜ਼ਿਆਦਾ ਹਾਈ ਲੈਵਲ ਹੋ ਗਿਆ ਕਰ ਦਿੰਦੇ ਘਰੋਂ ਕਰ ਦੇ ਨਾ ਮੈਨੂੰ ਤਾਂ ਕਰਕੇ ਫਿਰ ਬੰਦ ਕਰਤੇ ਨਹੀਂ ਅੱਜ ਮੈਂ ਕੰਟੀਨਿਊ ਕਰਨਾ ਸਾਰਾ ਸਹੀ ਗੱਲ ਹਾਂ ਆ ਵਿਊ ਵਿਖਾਉਣਾ ਤੁਹਾਨੂੰ ਖਲੋ ਜਾਓ ਪਹੁੰਚ ਗਏ ਆਪਾਂ ਜਿਹੜੀ ਡੈਸਟੀਨੇਸ਼ਨ ਤੇ ਪਹੁੰਚਣਾ ਸੀ ਪਰ ਮੈਨੂੰ ਨਾਮ ਨਹੀਂ ਲੈਣੇ ਹੁੰਦੇ ਇੱਥੋਂ ਦੇ ਨਾ ਇਸ ਵਾਰ ਅਸੀਂ ਸਪੇਨ ਦੇ ਆਪਾਂ ਪਿੰਡਾਂ ਨੂੰ ਐਕਸਪਲੋਰ ਕਰ ਰਹੇ ਆ ਉਹ ਵਾਲੇ ਏਰੀਏ ਬਹੁਤ ਸੋਹਣੇ ਨੇ ਜਿੱਥੇ ਗੋਰੇ ਲੋਕ ਹੀ ਰਹਿੰਦੇ ਨੇ ਔਰ ਮਤਲਬ ਜਿਵੇਂ ਵਲੰਸੀਆ ਸ਼ਹਿਰ ਆ ਉਸ ਤੋਂ ਵੀ ਕੋਸਟਲੀ ਘਰ ਨੇ ਇੱਥੇ ਗੋਰਿਆਂ ਦੇ ਜਿਹੜੀ ਇਹ ਜਗ੍ਹਾ ਵਾ ਮੈਨੂੰ ਪਤਾ ਨਹੀਂ ਦੱਸਾਂਗੇ ਤੁਹਾਨੂੰ ਆਪਾਂ ਸਹੀ ਗੱਲ ਹੈ ਬਹੁਤ ਸੋਹਣਾ ਇੱਕ ਅਲੱਗ ਜਿਹਾ ਏਰੀਆ ਜਿਵੇਂ ਐਲਏ ਹੁੰਦਾ ਹੈ ਐਲਏ ਆਪਾਂ ਕਦੇ ਗਏ ਨਹੀਂ ਪਰ ਟੀਵੀਆਂ 'ਚ ਦੇਖਿਆ ਉਦਾਂ ਹੀ ਹੈ ਬਹੁਤ ਸੋਹਣਾ ਏਰੀਆ ਯਾਰ ਸਾਫ਼ ਸੁਥਰਾ ਸ਼ਾਂਤ ਹੈ ਨਾ ਘੈਂਟ ਲੱਗਿਆ ਕਮਾਲ ਕਰਤੀ ਯਾਰ ਇਸ ਏਰੀਏ ਨੇ ਦੀਵਾਨਾ ਕਰ ਦਿੱਤਾ ਬਹੁਤ ਸੋਹਣਾ ਏਰੀਆ
मैं जिवें वीडियोस यूट्यूब तो देखदा ओदा ही मैनू लगी जांदा जिवें लॉस एंजलिस वगैरह हुंदा है। बाकी पता नहीं लॉस एंजलिस वाले वीर भैण जी वीडियो देखदे हो दस्सिओ जरा सिमिलर लगदा कि नहीं लगदा तुहानू कि सानू टीवी च देखणे च अलग ते रियल लाइफ च देखणे च अलग लग रहा। साफ सफाई बहुत ज्यादा है। ओए कार देखियो कहा देखियो किदा खड़ा बैग टांग के आ डिफरेंट चीज है। समुंदर बहुत सोहना व्यू पंजाबी फैमिली देखी बाय बाय कर दी क्या बात है जी हो सकता है मे बी बाय बहुत ज्यादा सोहना एरिया सीरियसली माइंड ब्लोइंग हाँ जिवें मूवीज वाले इत्थे रीलां वाली तां नेरी पेल दूं मैं ओह माय गॉड मन नूं सुकून देखो किन्ना लग रहा है ओए होए होए देखियो किते बहुत सोहना एरिया यार बिल्कुल डर डोर वगू वेरी नाइस मतलब असि गोरियां दी दुनिया च आए हां गोरियां दी दुनिया च आए हां ही आहो प्रॉपर जो मूवीज च फील करदे आ ना असि जो भी व्यू हुंदे ने ओ आ इथे व्यू एग्जैक्टली एक्चुअली सानू एहो जी चीजां पसंद आ असि तायो एहो जी चीजां नु एक्सप्लोर करदे आ राइट किरण इज ऑलवेज राइट ओ पहाड़ी दा देखो किन्ना सोहना व्यू है आ जा शेरा सत श्री अकाल की हाल चाल वधिया वेरी गुड इतने हाँ जी अरे नहीं नहीं बच्चे नहीं वेरी नाइस पूरनपुर तो ਪਾਜੀ ਉਹ ਵੇਖੋ ਤੁਹਾਡੇ ਜਿਹੜੇ ਤੁਹਾਨੂੰ ਫੋਲੋ ਕਰਦੇ ਨਾ ਛੋਟੇ ਦੋ ਬੱਚੇ ਫਲਾਵਰਸ ਲੈ ਕੇ ਆਏ ਤੁਹਾਡੇ ਦੋ ਵਾਹ ਜੀ ਵਾਹ ਸੋ ਸਵੀਟ ਯਾਰ ਥੈਂਕ ਯੂ ਸਤਿ ਸ਼੍ਰੀ ਅਕਾਲ ਬਾਉਜੀ ਪਾਪਾ ਸਿਪ ਕਪ ਦੋਰ ਵਿੱਚ ਤੁਸੀਂ ਵੀ ਲੋਕ ਚਾਹ ਰਹੇ ਹੋ ਕਿੰਨੇ ਸਾਲ ਹੋ ਗਏ ਤੇ ਰਹਿੰਦੇ ਨੂੰ किन्ना प्यार भी दिंदे आ तुसीं व्लॉग्स देखदे हो इंस्टा ते देखदे हो मैं क्या आही अचीवमेंट होंगी जो छोटे छोटे बच्चे भी प्यार करते हैं और एक्सपेक्टेड नहीं सी इस शहर बेटे नाम की शहर का सू फिर भूल गया मोरेरा ये मोरेरा मतलब डेढ़ घंटे की दूरी से वैलेंसिया तो अचानक बनया प्रोग्राम रियली एप्रीशिएटेड ये सानू पता नहीं किन्ना दिल तो याद करते होने कि जो खिचे आए इधर पहला असं पेनिस कोयला का बनाया कि प्लैन असं उधर जाना फिर असं अलीकानते का बनाया
ਫਿਰ ਅਸੀਂ ਕਿਹਾ ਨਹੀਂ ਉਹ ਹੋਰ ਕਿਤੇ ਜਾਂਦੇ ਆ, ਫਿਰ ਅਸੀਂ ਇੱਧਰ ਦਾ ਬਣਾਇਆ ਕਿਉਂਕਿ ਤੀਆਂ ਨੂੰ ਯਾਦ ਕਰਦੇ ਪਏ, ਠੀਕ ਹੈ ਨਹੀਂ? ਇਹਨਾਂ ਨੇ ਮੰਡੇ ਨੂੰ ਚਲੇ ਜਾਣਾ। ਕੀ ਖਾਓਗੇ ਦੱਸੋ? ਨਾ ਨਾ ਦੱਸੋ ਬੇਟਾ ਕੀ ਖਾਓਗੇ ਪੀਓਗੇ? ਕਾਫੀ ਪੀਓਗੇ? मेरी वेट नहीं करेगा मामा, निकल गया तू। बहुत सोहना व्यू, गलियां देखो कितनी प्यारियां ने। मुकाबला हुंदा होया बहुत ही जोड़ां दे नाल, खेत जांदी होई बहुत सोहना एरिया। बहुत सोहना है, बहुत सोहनी गली, गली दे विच छोटे छोटे टेबल, टेबल दे विच जीवना ते जीवनी, वेरी नाइस। मैनू दोनों बच्चे बहुत प्यारे लग रहे ने, सीरियसली है ना? वेरी, दो पांडे एक छोटू वड्डा डर लगता भूत तो अंदर हल भी है, मिल सकते जाके ਉਹ ਦਾ ਵਲੌਗ ਬਣਾਣੇ ਆ। ਜੇ ਭੂਤ ਹੋਣਗੇ ਤੇ ਜਿਹੜੇ ਅੰਦਰ ਜੌਬ ਕਰ ਰਹੇ ਉਹਨਾਂ ਨੂੰ ਡਰ ਲੱਗਦਾ। ਨਹੀਂ ਤੰਗ ਨਹੀਂ ਕਰਦਾ ਉਹਨਾਂ ਨੂੰ, ਫਰੈਂਕਲੀ ਆ ਅਸੀਂ ਅੰਦਰ ਨਹੀਂ ਗਏ, ਮੈਂ ਵੀ ਨਹੀਂ ਜਾਣਾ। ਮੈਨੂੰ ਤਾਂ ਬੱਚੇ ਕਹਿ ਰਹੇ ਨੇ ਵੀ ਸਾਨੂੰ ਇਦਾਂ ਲੱਗਿਆ ਸਾਨੂੰ ਡ੍ਰੀਮ ਸੁਪਨਾ ਲੱਗ ਰਿਹਾ, ਬਟ ਮੈਨੂੰ ਇਹ ਸੁਪਨਾ ਲੱਗ ਰਿਹਾ ਬੇਸਿਕਲੀ ਬੱਚਿਆਂ ਨੂੰ ਨਹੀਂ, ਬਿਕੋਜ਼ ਸਾਨੂੰ ਜਿਹੜੇ ਸਾਡੀ ਮੈਕਸਿਮਮ ਆਡੀਅੰਸ ਹੈਗੀ 25 ਤੋਂ 35 ਸਾਲ ਦੀ ਆਡੀਅੰਸ ਹੈ ਜੋ ਮੈਕਸਿਮਮ ਸਾਨੂੰ ਦੇਖਦੇ ਨੇ ਜਾਂ ਉਸ ਤੋਂ ਪਲੱਸ ਹੀ ਦੇਖਦੇ ਨੇ। 20-25% ने जो साढ़े 24 तो थले देने जो असं एनालिटिक्स चेक चेक कर रहे हैं, बट आज छोटे छोटे बच्चे कहते सा ड्रीम से तुम्हें मिलना, और जो इतने आए थे ये इंडिया से सूँ देखते दे जो बच्चों तो मैं सुनिया बड़ा बड़ा अच्छा लग रहा, बड़ा मतलब बहुत ज़्यादा वाइस लग रहा। क्या एक्सप्लेन करो अस की गल करते और यही कि फील किया? मैं बड़ा एक अलग जी फीलिंग आई क्योंकि फस्ट टाइम होया इदा कि सू मतलब जिवें मम्मी डैडी की एज के सानू मिलते हैं है ना, उन्होंने वेख के सानू अच्छा लगता जां फिर साड़ी एज के मिलते हैं, और जो सानू बच्चे आके मिले और बच्चे आके मिले और बच्चे ने सानू यह कहा कि सानू इदा लगा कि जिवें सुपना वेख्या वा सुपने च ही हाँ, पर सानू इदा लग रहा कि असीं सुपना देख्या। क्योंकि आपां की गल्लां करदे होंदे जो इन्होंने सानू बाय किया असी, हाँ असी उस टाइम तो यह कह रहे हैं कि असी जो ये सिटी से एंटर किए हम लगा कोई इंडियन फैमिली नहीं होनी क्योंकि सारे इतने गोरे लोग होंगे है ना, और एकदम ये अपने पता नहीं उ खिड़की ही कि ही उत्थे इन्होंने सू बाय किया, तो पहला तो मैं लगा शायद वैसे पंजाबी देख के बाय कर रहे हो, पर हिम्मत ने इन्नी गल कही कि हो सकता तुहाडे सबसक्राइबर ही होना है ना, और फिर जो ये कला पहला आया तो यदि सिस्टर नहीं आई कहिंदा वो संगते ने ये आया सू मिलने वास्ते स्पैशल है ना, ਉਦੋਂ ਨਾ ਸ਼ਿਵਰਿੰਗ ਕਰ ਰਿਹਾ ਸੀ। ਹਾਂ ਮੈਂ ਵੇਖਣੀ ਨਾ ਤੇ ਇਹਦੇ ਲਿਪਸ ਵੀ ਸ਼ਿਵਰ ਕਰਨ ਦੇ, ਹੱਥ ਵੀ ਨਰਵਸ ਸੀ ਥੋੜਾ ਸੀ ਨਾ। ਹਾਂ ਫਿਰ ਇਹ ਗਿਆ ਅਸੀਂ ਕਿਹਾ ਚੱਲ ਆਪਣੇ ਮਤਲਬ ਜਿਹੜੀ ਸਿਸਟਰ ਆ ਜਾਂ ਜਿਨ੍ਹਾਂ ਨੇ ਵੀ ਹੋਰ ਮਿਲਣਾ ਤੁਸੀਂ ਜਾ ਕੇ ਲੈ ਕੇ ਆ ਉਹਨਾਂ ਨੂੰ, ਇਹ ਬਿਊਟੀਫੁਲ ਰੋਜ਼ਸ ਲੈ ਕੇ ਆਏ ਆ। ਹਾਂ ਟ੍ਰੇਡਿੰਗ ਬਹੁਤ ਹੀ ਇੱਕ ਸੀਕ੍ਰੇਟ ਪੰਨਾ ਹੈ ਜੋ ਹਮ ਨਹੀਂ ਖੋਲਣਾ ਚਾਹਤੇ, ਜੋ ਜੇ ਨਹੀਂ ਖੋਲਾਂਗੇ ਹਾਂ ਥੋੜੇ ਟਾਈਮ ਅਗਲੇ ਸਾਲ ਇਨਸ਼ਾਅੱਲਾ। $431
$431 2 ਘੰਟਿਆਂ ਚ ਮੁੰਡਾ ਕਮਾ ਚੁੱਕਾ ਹੈ। ਇੱਕ ਪ੍ਰੋਫਿਟ ਮੈਂ ਕਲੋਜ਼ ਕਰਤਾ ਅੱਗੇ। Cheers with coffee with everyone. ਸਾਰੇ ਕੋਲ ਨੇੜੇ ਛਕੋ ਜੀ, ਨੇੜੇ ਕਰ ਸਾਧ। ਓਏ ਟ੍ਰੇਡਰ, ਚੀਅਰਸ। ਕੀ ਬਾਤ ਹੈ ਜੀ। ਚਲੋ ਬਹੁਤ ਸੋਹਣਾ ਏਰੀਆ ਕਿਰਨ। ਬਹੁਤ ਸੋਹਣਾ ਏਰੀਆ, ਬਹੁਤ ਸੋਹਣੀ ਜਗ੍ਹਾ, ਕਮਾਲ ਹੀ ਹੋਈ ਵੀ ਹੈ। ਆਹ ਵੇਖੋ ਯਾਰ, ਕਿਆ ਲੋਕੇਸ਼ਨ ਤਾਂ ਐਡੀ ਜ਼ਬਰਦਸਤ ਹੈ ਨਾ। ਪਤਾ ਹੁੰਦਾ ਨਾ ਇਸ ਲੋਕੇਸ਼ਨ ਬਾਰੇ, ਤਾਂ ਸ਼ੂਟ ਕਰਦੇ, ਪ੍ਰੋਪਰ ਗਾਣਾ ਸ਼ੂਟ ਕਰਦੇ। ਬਹੁਤ ਸੋਹਣੀ ਲੋਕੇਸ਼ਨ ਹੈ, ਬਿਊਟੀਫੁਲ। ਪਾਰਕਿੰਗ ਵੀ ਦੇਖੋ ਕਿੰਨੀ ਸੋਹਣੀ ਹੈ ਇੱਥੋਂ ਦੀ। ਓ ਮਾਈ ਗੁੱਡਨੈਸ ਯਾਰ, ਕਮਾਲ ਹੀ ਕਰ ਛੱਡੀ ਹੈ। ਹਾਂ, ਭਾਵੇਂ ਕੁਛ ਐਕਟੀਵਿਟੀ ਨਹੀਂ ਹੈਗੀ, ਪਰ ਫੋਟੋਆਂ ਖਿਚਾ ਕੇ ਬੜਾ ਮਜ਼ਾ ਆਇਆ। ਨਹੀਂ ਐਕਟੀਵਿਟੀ ਨਹੀਂ ਗੀ, ਪਰ ਫੋਟੋਆਂ ਨਾਲ ਵਿਊਜ਼ ਨਾਲ ਬਹੁਤ ਮਜ਼ਾ ਆਇਆ। ਦੇਖੋ ਸਹੀ ਗੱਲ ਨਹੀਂ, ਸਾਡੇ ਨਾਲ ਨਹੀਂ, ਆਪਾਂ ਤੁਰਦੇ ਬੜੀ ਲੇਟ ਆ, 4-5 ਵਜੇ ਤਾਂ ਤੁਰੇ ਆਪਾਂ। ਉਹ ਆ ਜਾਓ ਗ੍ਰਾਸ਼ੀਅਸ। ਉਹ ਦੇਖੋ ਉੱਪਰ ਜਿਵੇਂ ਕਿੰਨਾ ਰੂਫ ਟੋਪ ਤੇ ਨਜ਼ਾਰੇ ਲੈ ਰਹੇ ਨੇ। ਇਹ ਮੈਂ ਹੀ ਵੇਚੀ ਸੀ ਖੂਬ ਤਰੱਕੀ ਕਰਿਓ। ਠੀਕ ਹੈ ਬੇਟਾ, ਤੁਹਾਨੂੰ ਮਿਲ ਗਏ, ਸੀਰੀਅਸ ਬਾਏ, ਟੇਕ ਕੇਅਰ। ਅਰੇ ਬਸ ਨਹੀਂ ਮੇਰੇ ਬੱਚੇ, ਨਾ ਨਾ ਕਿੰਨੀ ਝੂਠੀ ਹੈ ਹਿੰਮਤ, ਹਿੰਮਤ ਕਿਤਨੀ। ਬਹੁਤ ਔਸਮ ਵਿਊ ਤੇ ਫੁੱਲ ਰੈਸਟੋਰੈਂਟ ਭਰੇ ਹੋਏ ਨੇ, ਕਿਉਂ ਬਿਕੋਜ਼ ਇਹ ਟੂਰਿਸਟ ਪਲੇਸ ਹੈ, ਬਿਲਕੁਲ ਟੂਰਿਸਟ। ਇੱਥੋਂ ਦੇ ਲੋਕਲ ਬਹੁਤ ਘੱਟ ਨੇ ਅਤੇ ਟੂਰਿਸਟ ਬਹੁਤ ਜ਼ਿਆਦਾ ਨੇ ਇਸ ਜਗ੍ਹਾ ਦੇ ਉੱਪਰ। ਕਮਾਲ ਕਰ ਰੱਖੀ, ਕਮਾਲ। ਹਾਏ ਹਾਏ ਹਾਏ, ਗੱਡੀ ਦੇਖੋ, ਗੱਡੀ ਰੋਲਸ ਰੋਇਸ, ਰੋਲਸ ਰੋਇਸ ਨਾ ਇਹ। ਮਤਲਬ ਬੰਦੇ ਹਾਲੇ ਵੀ ਬੰਦੇ ਫਿਰ ਪੂਰੀ ਸ਼ੌਂਕ ਨਾਲ ਰੱਖੀ ਹੋਈ ਹੈ, ਕਿੰਨੀ ਮੇਨਟੇਨ ਕਰਕੇ। ਬਹੁਤ ਸੋਹਣਾ ਵਿਊ ਹੈ, ਨਾਈਟ ਵਿਊ। ਉਹ ਜਵਾਕ ਵਾਕਈ ਲੱਕੀ ਨੇ ਯਾਰ, ਇੰਨੇ ਸੋਹਣੇ ਏਰੀ 'ਚ ਰਹਿ ਰਹੇ ਨੇ। ਬਾਕੀ ਆਪਾਂ ਨੂੰ ਵਧੀਆ ਲੱਗ ਰਿਹਾ, ਜਿਵੇਂ ਉਹ ਕਹਿ ਰਹੇ ਸੀ ਨਾ ਵੀ ਸਾਨੂੰ ਵੀ ਹੁਣ ਵਧੀਆ ਨਹੀਂ ਲੱਗਦਾ, ਡਿਪੈਂਡ ਕਰਦਾ। ਕਿਉਂਕਿ ਇੱਕ ਪਰਮਾਨੈਂਟ ਰਹਿਣ ਵਾਸਤੇ ਆਏ ਹੋਏ ਅਸੀਂ, ਟੈਂਪਰੇਰੀ ਮਤਲਬ ਘੁੰਮਣ ਲਈ ਆਏ ਹੋਏ ਆ, ਤਾਂ ਸਾਨੂੰ ਤਾਂ ਇਹ ਚੀਜ਼ਾਂ ਵਧੀਆ ਲੱਗਦੀਆਂ ਵਾ, ਲੇਕਿਨ ਜੇ ਪਰਮਾਨੈਂਟ ਰਹਿਣਾ ਹੋਵੇ ਤੇ ਬੜਾ ਮਨ ਮਾਰਨਾ ਪੈਂਦਾ ਬੰਦੇ। ਸਹੀ ਗੱਲ। ਲੋ ਜੀ ਆ ਇੰਡੀਅਨ ਰੈਸਟੋਰੈਂਟ, ਜਿੱਥੇ ਬਹੁਤ ਗੋਰੇ ਬੈਠੇ ਨੇ। ਬਹਿ ਜਾਓ, ਮੈਂ ਉਹਦੀ ਸਾਈਡ ਬੈਠਦਾ, ਇੱਥੇ ਬੈਠਦਾ। ਹਾਂਜੀ ਜਿਉਣਾ ਜੀ, ਅੱਜ ਜਿਉਣੇ ਦੀ ਬੈਟਰੀ ਲੋ ਹੋ ਗਈ ਆ। ਅੱਜ ਸ਼ਿਪੀ ਲੋ ਫੀਲ ਕਰ ਰਹੇ ਹੋ, ਅੱਜ ਸ਼ਿਪੀ ਦਾ ਮਨ ਖਰਾਬ ਹੋ ਰਿਹਾ ਕਿਉਂਕਿ ਇਹ ਪਹਾੜੀ ਹੈ। ਪਾਪੜ ਵਾਲੀ ਧਿਆਨ ਮਿਲਦੇ, ਖਤਮ ਹੋ ਗਿਆ ਹੁਣ ਤੇ ਪਾਪੜ। ਵਾਕਈ ਵਿਊ ਬੜਾ ਘੈਂਟ ਆਉਂਦਾ। ਸਾਰੇ ਜਾਣੇ ਹੁਣ ਬਸ ਰੋਟੀ ਦੀ ਵੇਟ ਕਰ ਰਹੇ ਨੇ, ਪਾਪੜ ਖਾ ਲਿਆ ਵਾ ਤੇ ਸ਼ਿਪੀ ਥੋੜਾ ਜਿਹਾ ਠੀਕ ਨਹੀਂ ਆ, ਮੈਡੀਸਨ ਦਿੱਤੀ ਆ। ਠੀਕ ਹੋ ਥੋੜਾ ਬਹੁਤਾ ਅੱਗੇ ਨਾਲ ਪਹਿਲਾਂ ਕਿ ਨਹੀਂ? ਹਾਂ, ਇੰਡੀਅਨ ਨੇਪਾਲੀ ਰੈਸਟੋਰੈਂਟ ਹੈ ਜੀ ਜਿੱਥੇ ਆਏ ਹਾਂ, ਬਟ ਇੱਥੇ ਇੰਡੀਅਨ ਬੰਦੇ ਨਹੀਂ, ਨੇਪਾਲੀ ਬੰਦੇ ਜ਼ਿਆਦਾ ਵਰਕ ਕਰਦੇ ਨੇ, ਕੰਮ ਕਰਦੇ ਨੇ। ਬਾਕੀ ਜਿਵੇਂ ਦਾ ਇੱਥੋਂ ਦਾ ਐਟਮੋਸਫੇਅਰ ਸੀ, ਬਹੁਤ ਵਧੀਆ ਏਰੀਆ, ਲੇਕਿਨ ਇਸ ਏਰੀਆ 'ਚ ਥੋੜ੍ਹੀ ਜਿਹੀ ਹਿਊਮਸ ਜ਼ਿਆਦਾ ਹੈ, ਬਿਕੋਜ਼ ਜਿੱਥੇ ਵੀ ਸਮੁੰਦਰ ਨੇੜੇ ਪੈਂਦੇ ਨੇ, ਕੋਸਟਲ ਏਰੀਆ ਹੁੰਦਾ, ਉੱਥੇ ਥੋੜ੍ਹੀ ਜਿਹੀ ਹਿਊਮਸ ਹੁੰਦੀ ਹੈ। ਔਰ ਮੇ ਬੀ ਤਾਂ ਕਰਕੇ ਮੇਰਾ ਥੋੜ੍ਹਾ ਜਿਹਾ ਮਨ ਖਰਾਬ ਹੋਣ ਲੱਗ ਗਿਆ ਸੀ, ਵੋਮਿਟ ਵਾਲਾ ਆ ਗਿਆ ਸੀ ਬਹੁਤ ਜ਼ਿਆਦਾ, ਥੋੜ੍ਹੀ ਗੋਲੀ ਗੋਲੀ ਖਾਧੀ, ਉਹਦੇ ਨਾਲ ਥੋੜ੍ਹਾ ਜਿਹਾ ਫਰਕ ਪਿਆ।
ਬਾਕੀ ਖਾਣਾ ਉਸ ਦਿਨ ਦੇਨੀਆਂ ਜਿੱਥੇ ਗਏ ਸੀ ਲਾਸਟ ਟਾਈਮ ਉਹ ਬਹੁਤ ਜ਼ਿਆਦਾ ਡਿਲੀਸ਼ੀਅਸ ਸੀ ਕਿਉਂਕਿ ਉਹ ਪਿਓਰ ਇੰਡੀਅਨ ਸੀ ਅਤੇ ਇਹ ਹੈਗਾ ਕਾਠਮੰਡੂ ਬੇਸਿਕਲੀ ਇੰਡੀਅਨ ਨੇਪਾਲੀ ਰੈਸਟੋਰੈਂਟ ਹੈ ਇਹ ਪਿਓਰ ਇੰਡੀਅਨ ਨਹੀਂ ਸੀ ਇਹਨਾਂ ਨੂੰ ਇੰਡੀਅਨ ਹੱਥ ਦਾ ਇੰਡੀਅਨ ਹੁੰਦਾ ਪੰਜਾਬੀ ਖਾਣਾ ਠੀਕ ਸੀ ਬੇਸਿਕ ਖਾਣਾ ਸੀ ਬਹੁਤ ਜ਼ਿਆਦਾ ਵਧੀਆ ਖਾਣਾ ਨਹੀਂ ਸੀ ਲੇਕਿਨ ਦੇਨੀਆਂ ਦੇ ਰੈਸਟੋਰੈਂਟ 'ਤੇ ਬਹੁਤ ਅਲਟੀਮੇਟ ਖਾਣਾ ਸੀ ਪੂਰਾ ਇੰਡੀਆ ਦਾ ਟੇਸਟ ਨਜ਼ਾਰਾ ਆ ਗਿਆ ਇਹਨਾਂ ਦਾ ਬੇਸਿਕ ਸੀ ਬਟ ਚਲੋ ਐਨੀਵੇਜ਼ ਹੈ ਨਾ ਹੁਣ ਆਪਾਂ ਇਹਦੀ ਇਸ ਚੀਜ਼ ਦੀ ਕੰਪਲੇਂਟ ਕਰੀਏ ਕਿ ਬਾਹਰ ਆ ਕੇ ਵੀ ਇੰਡੀਆ ਵਰਗਾ ਟੇਸਟ ਮਿਲੇ ਸੋ ਉਹ ਨਹੀਂ ਕਰ ਸਕਦੇ ਦੂਜੀ ਗੱਲ ਇਹਨਾਂ ਦੇ ਜਿਹੜੇ ਰੈਸਟੋਰੈਂਟਸ ਹੁੰਦੇ ਨੇ ਇਹਨਾਂ ਨੇ ਫੋਰਨਰਸ ਜਾਂ ਗੋਰਿਆਂ ਦੇ ਟੇਸਟ ਦੇ ਅਨੁਸਾਰ ਬਣਾਉਣਾ ਹੁੰਦਾ ਕਿਉਂਕਿ ਇੱਥੇ ਪੰਜਾਬੀ ਬਹੁਤ ਹੀ ਘੱਟ ਅਸੀਂ ਇੱਕ ਵੀ ਨਹੀਂ ਦੇਖਿਆ ਇਸ ਰੈਸਟੋਰੈਂਟ 'ਚ ਜ਼ਿਆਦਾਤਰ ਗੋਰੇ ਹੀ ਬੈਠੇ ਸੀ ਇੰਗਲਿਸ਼ ਜਿਹੜੇ ਗੋਰੇ ਸੀ ਪੀਪਲ ਇੰਗਲਿਸ਼ ਪੀਪਲ ਯੂਕੇ ਦੇ ਆਏ ਹੋਏ ਕਿਉਂਕਿ ਇਹਨਾਂ ਦੇ ਬ੍ਰਿਟਿਸ਼ ਐਕਸੈਂਟ ਤੋਂ ਪਤਾ ਲੱਗ ਰਿਹਾ ਸੀ ਅਤੇ ਬਾਕੀ ਠੀਕ ਸੀ ਢਿੱਡ ਭਰਨ ਨੂੰ ਵਧੀਆ ਸੀ ਹੁਣ ਅਸੀਂ ਜਿੱਥੇ ਜਾਣਾ ਕਾਫੀ ਦੂਰ ਡਰਾਈਵ ਆ ਹੁਣ ਮੈਨੂੰ ਐਵੇਂ ਲੱਗਦਾ ਕਿ ਮੈਂ ਇੱਥੇ ਵਲੋਗ ਬੰਦ ਕਰਦਾ ਪਹੁੰਚ ਕੇ ਤਾਂ ਅੰਮੂ ਅਤੇ ਅਨਾਇਕ ਘਰੇ ਨੇ ਦੇਖਦੇ ਉਹਨਾਂ ਨੇ ਵਿਚਾਰਿਆਂ ਨੇ ਸਾਨੂੰ ਮਿਸ ਕੀਤਾ ਕਿ ਨਹੀਂ ਕੀਤਾ ਓਬਵੀਅਸਲੀ ਮਿਸ ਕੀਤਾ ਹੋਏਗਾ ਕਿਉਂਕਿ ਅੰਮੂ ਵੀ ਜੇ ਨਾਲ ਹੁੰਦੀ ਤਾਂ ਜ਼ਿਆਦਾ ਬੈਟਰ ਹੋਣਾ ਸੀ ਹੈ ਨਾ ਬਿਕੋਜ਼ ਤੁਹਾਨੂੰ ਪਤਾ ਕਿ ਗੱਡੀ ਦੇ ਵਿੱਚ ਇੰਨੀ ਸਪੇਸ ਨਹੀਂ ਸੀ ਆਪਾਂ ਨਹੀਂ ਆ ਸਕਦੇ ਸੀ ਅਤੇ ਹੁਣ ਮੈਂ ਪੱਗ ਉਤਾਰ ਕੇ ਅੰਦਰ ਦਾ ਛੋਟਾ ਪਰਨਾ ਹੈਗਾ ਓਲ ਵੇਟ ਕੇ ਰੱਖਾਂਗਾ ਸਿਰ 'ਤੇ ਬੰਨਾਂਗਾ ਥੋੜ੍ਹਾ ਰਿਲੈਕਸ ਹੋਵਾਂਗਾ ਅਤੇ ਸੀਟ ਸੱਟ ਕੇ ਪੈ ਜਾਣਾ ਅਤੇ ਬਾਕੀ ਗੱਡੀ 'ਚ ਚੱਲਦੇ ਹਾਂ ਲੇਟ ਹੋ ਗਿਆ ਹੁਣ ਆਪਾਂ ਬਹੁਤ ਜ਼ਿਆਦਾ ਰਾਤ ਦੇ 10:30 ਹੋ ਚੁੱਕੇ ਨੇ ਆਹ ਸੀ ਜੀ ਰੈਸਟੋਰੈਂਟ ਕਠਮੰਡੂ ਇੰਡੀਅਨ ਨੇਪਾਲੀ ਰੈਸਟੋਰੈਂਟ ਬਾਏ ਬਾਏ ਓਕੇ।